Z5 ਐਪ ਡਾਊਨਲੋਡ ਕਰੋ ਤੇ ਵੇਖੋ ਪੂਰੇ ਐਪੀਸੋਡ ਬਿਲਕੁਲ ਫ੍ਰੀ। ਤੁਸੀਂ ਸੱਚੀ ਆਪਣੀ ਸ਼ਰਤ ਤੇ ਅੜੇ ਰਹਿਣ ਵਾਲੇ ਹੋ? ਦੇਖੋ ਮਾਇਨ ਨਾ ਕਰਿਓ, ਪਰ ਮੈਨੂੰ ਨਾ ਇਹ ਸਹੀ ਨਹੀਂ ਲੱਗਿਆ। ਮੈਂ ਮੰਨਦੀ ਹਾਂ ਕਿ ਮੈਂ ਡੀਜੇ ਦਾ ਨਾ ਇੱਕਦਮ ਕਰੈਕਟ ਨਾਮ ਰੱਖਿਆ, ਟੈਬਲ ਜੀ, ਇੱਕ ਨੰਬਰ ਤੇ ਖੜੂਸ ਨੇ ਉਹ। ਪਰ ਨਾ ਉਹ ਤੁਹਾਨੂੰ ਬਹੁਤ ਪਿਆਰ ਕਰਦੇ ਨੇ, ਇਨਫੈਕਟ ਸਭ ਤੋਂ ਜ਼ਿਆਦਾ ਪਿਆਰ ਕਰਦੇ ਨੇ। ਤੇ ਇਸ ਗੱਲ ਦਾ ਬੁਰਾ ਨਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੀ ਲੱਗਿਆ ਹੋਣਾ। ਤੇ ਤੁਸੀਂ ਜੋ ਕੀਤਾ ਹੈ ਨਾ ਉਹਦੇ ਨਾਲ ਉਹਨਾਂ ਦਾ ਬਹੁਤ ਦਿਲ ਦੁਖਿਆ ਹੋਏਗਾ। ਦਿਲ ਤਾਂ ਉਹਨੇ ਤੇਰਾ ਵੀ ਦੁਖਾਇਆ ਤੇ ਮੇਰਾ ਵੀ, ਉਹਦਾ ਕੀ? ਜੇ ਉਹ ਮੇਰੇ ਨਾਲ ਇੰਨਾ ਹੀ ਪਿਆਰ ਕਰਦਾ ਤਾਂ ਮਨ ਕਿਉਂ ਨਹੀਂ ਲੈਂਦਾ ਮੇਰੀ ਗੱਲ? ਮੈਂ ਉਹਨੂੰ ਘਰ ਜਾਣ ਤੋਂ ਮਨਾ ਨਹੀਂ ਕੀਤਾ, ਮੈਂ ਤਾਂ ਬਸ ਇਹੀ ਕਿਹਾ ਸੀ ਕਿ ਜੇ ਮੈਂ ਜਾਵਾਂਗੀ ਤਾਂ ਆਪਣੀ ਨੂੰਹ ਦੇ ਨਾਲ। ਪਰ ਆਂਟੀ ਜੀ ਫਿਰ ਮੈਂ ਮੇਰੇ ਦਲਜੀਤ ਨੂੰ ਇੱਦਾਂ ਦੇ ਸੰਸਕਾਰ ਦਿੱਤੇ ਹੈ ਕਿ ਕਿਸੇ ਨਾਲ ਗਲਤ ਨਹੀਂ ਕਰਨਾ, ਕਿਸੇ ਦਾ ਦਿਲ ਨਹੀਂ ਤੋੜਨਾ। ਅੱਜ ਗੱਲ ਮੇਰੇ ਸੰਸਕਾਰ ਤੇ ਪਰਵਿਸ਼ ਤੇ ਆ ਗਈ ਹੈ। ਉਹ ਇੱਕ ਵਿਆਹ ਕਰਕੇ ਆਪਣੀ ਵੋਟੀ ਨੂੰ ਵੋਟੀ ਮੰਨਣ ਤੋਂ ਮਨਾ ਕਰ ਰਿਹਾ, ਏਦਾਂ ਕਿੱਦਾਂ? ਸਾਨੂੰ ਆਪਣੀ ਗਲਤੀ ਦਾ ਅਹਿਸਾਸ ਕਰਨਾ ਪਏਗਾ ਤੇ ਇੱਥੋਂ ਸਾਨੂੰ ਲੈਣ ਆਉਣਾ ਪਏਗਾ। ਟੀਚੇ ਤੇ ਆਂਟੀ ਜੀ ਦੀ ਹਰ ਗੱਲ ਮੰਨਦੇ ਨੇ, ਉਹ ਤੇ ਸਾਨੂੰ ਲੈਣ ਵੀ ਆ ਜਾਣਗੇ, ਪਰ ਮੈਂ ਕੀ ਕਰਾਂਗੀ? ਕਿ ਮੈਨੂੰ ਉੱਥੇ ਉਸ ਘਰ 'ਚ ਜਾਣਾ ਚਾਹੀਦਾ? ਜੇ ਮੈਂ ਨਹੀਂ ਗਈ ਤਾਂ ਆਂਟੀ ਜੀ ਨੂੰ ਕਿੰਨਾ ਬੁਰਾ ਲੱਗੇਗਾ, ਮੰਮੀ ਪਾਪਾ ਦੀ ਵੀ ਟੈਨਸ਼ਨ ਵੱਧ ਜਾਏਗੀ। ਹਾਏ ਪਾਪਾ ਜੀ, ਹੋਰ ਤੁਸੀਂ ਦੱਸੋ ਮੈਂ ਕੀ ਕਰਾਂ, ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆ ਰਿਹਾ। ਆਂਟੀ ਜੀ ਆਪਾਂ ਖਾਣਾ ਖਾਈਏ, ਚੱਲ। ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ? ਜਿਹੜੇ ਡੀਜੇ ਹਰ ਗੱਲ ਤੇ ਉਸ ਕੁੜੀ ਦੀ ਹੀਰ ਨੂੰ ਬਚਾਉਂਦੇ ਸੀ, ਉਸ ਤੋਂ ਇੰਨੀ ਨਫ਼ਰਤ ਕਰਨ ਲੱਗ ਗਏ ਕਿ ਉਹ ਦਾਦੀ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਜੋ ਹੋਇਆ ਬਹੁਤ ਵਧੀਆ ਹੋਇਆ। ਉਹ ਕੁੜੀ ਨਾ ਇਸੇ ਦੇ ਲਾਇਕ ਸੀ ਵੈਸੇ। ਐਗਜੈਕਟਲੀ, ਉਹ ਸੋਚ ਰਹੀ ਸੀ ਬਸ ਕਿਸੇ ਤਰ੍ਹਾਂ ਇਹ ਵਿਆਹ ਹੋ ਜਾਏ ਤੇ ਫਿਰ ਉਹ ਆਪਣਾ ਵੋਟੀ ਵਾਲਾ ਕਾਰਡ ਚਲਾਉਗੀ ਤੇ ਡੀਜੇ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਆਪਣੀ ਸਾਈਡ ਕਰ ਲੇਗੀ। ਪਰ ਇਦਾਂ ਦਾ ਕੁਝ ਹੋਇਆ ਹੀ ਨਹੀਂ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।